ਬਠਿੰਡਾ ਵਿਖੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਪ੍ਰੈਸ ਵਾਰਤਾ ਦੌਰਾਨ ਵੱਡੇ ਖੁਲਾਸੇ ਕੀਤੇ ਨੇ। ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਾਬਕਾ ਗੈਂਗਸਟਰ ਕੁਲਵੀਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਨਰੂਆਣਾ ਜ਼ਿਲ੍ਹਾ ਬਠਿੰਡਾ ਵੱਲੋਂ ਬਿਆਨ ਦਰਜ ਕਰਵਾਏ ਗਏ ਸਨ ਕਿ 21 ਜੂਨ ਦੀ ਸ਼ਾਮ ਨੂੰ ਜਦੋਂ ਉਹ ਆਪਣੀ ਗੱਡੀ ਸਕੋਰਪੀਓ ਤੇ ਘਰ ਆ ਰਿਹਾ ਸੀ ਤਾਂ ਰਿੰਗ ਰੋਡ ਬਠਿੰਡਾ ਮੁਲਤਾਨੀਆਂ ਤੇ ਇੱਕ ਚਿੱਟੇ ਰੰਗ ਦੀ ਕਾਰ ਤੇ ਕੁਝ ਲੋਕ ਸਵਾਰ ਸਨ ਜਿਨ੍ਹਾਂ ਵੱਲੋਂ ਉਹਨਾਂ ਨੂੰ ਮਾਰਨ ਦੀ ਨੀਅਤ ਦੇ ਨਾਲ ਫਾਇਰ ਕੀਤੇ ਗਏ ਅਤੇ ਧਮਕੀਆਂ ਦਿੰਦੇ ਭੱਜ ਗਏ ਤੇ ਜਿਨ੍ਹਾਂ ਨੂੰ ਉੱਤਰਾਖੰਡ ਪੁਲਿਸ ਵੱਲੋਂ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਇੰਸਪੈਕਟਰ ਜਸਬੀਰ ਸਿੰਘ CIA ਇੰਚਾਰਜ ਵੱਲੋਂ ਬਠਿੰਡਾ ਪ੍ਰੋਡਕਸ਼ਨ ਬ੍ਰਾਂਚ ਤੇ ਲਿਆਂਦਾ ਗਿਆ ਅਤੇ ਪੁੱਛਗਿੱਛ ਕੀਤੀ ਗਈ। ਇਹਨਾਂ ਵੱਲੋਂ ਵਰਤੀ ਗੱਡੀ ਤੇ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਅਤੇ ਹੁਣ ਮੁਲਜ਼ਮ ਰਿਮਾਂਡ ਤੇ ਨੇ ਤੇ ਡੂੰਘੀ ਪੁੱਛਗਿੱਛ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। 21 ਜੂਨ ਨੂੰ ਰਾਤ ਕਰੀਬ 9:30 ਵਜੇ ਦੇ ਕਰੀਬ ਕੁਲਵੀਰ ਸਿੰਘ ਨਰੂਆਣਾ ਤੇ ਆਪਣੇ ਰਿੰਗ ਰੋਡ ਤੇ ਫਾਇਰਿੰਗ ਹੋਈ ਸੀਗੀ ਜਦੋਂ ਆਪਣੇ ਆਫਿਸ ਤੋਂ ਆਪਣੇ ਘਰ ਨੂੰ ਜਾ ਰਿਹਾ ਸੀਗਾ ਤੇ ਇੱਕ ਚਿੱਟੇ ਰੰਗ ਦੀ ਕਾਰ ਜਿਹਦੇ ਵਿੱਚ ਉਸਦੇ ਦੱਸਣ ਮੁਤਾਬਕ ਉਸ ਟਾਈਮ ਵੀ 4 ਵਿਅਕਤੀ ਸ਼ਾਮਿਲ ਸੀਗੇ ਵੀ ਗੱਡੀ 'ਚ ਸੀਗੇ ਕਾਰ 'ਚ ਸੀਗੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਸੀ ਜਿਹਦੇ 'ਚ ਉਹਦੀ ਕਾਰ ਦਾ ਉਹਦੀ ਸਕੋਰਪੀਓ ਗੱਡੀ ਦਾ ਨੁਕਸਾਨ ਹੋਇਆ ਸੀਗਾ ਅਤੇ ਉਹ ਸਾਰੇ ਬਚ ਗਏ ਸੀਗੇ। ਉਸਦੇ ਵਿੱਚ ਜਿੰਨੇ ਵੀ ਅਕਿਊਜ ਨੋਮੀਨੇਟ ਹੋਏ ਸੀਗੇ ਜਿਵੇਂ ਆਪਣਾ ਸੰਦੀਪ ਭੱਲਾ ਫਤਿਹ ਨਾਗਰੀ ਅਤੇ ਇੱਕ ਮਾਨ ਸੀਗਾ ਇੱਕ ਚਸਕਾ ਸੀਗਾ ਇਹਨਾਂ ਵਿੱਚੋਂ ਫਤਿਹ ਨਾਗਰੀ ਅਤੇ ਸੰਦੀਪ ਭੱਲਾ ਔਰ ਉਹਨਾਂ ਦੇ ਨਾਲ ਇੱਕ ਅਮਨਦੀਪ ਸਿੰਘ ਏਲੀਅਸ ਅਮਨਾ ਸਰਪੰਚ ਉੱਬੇ ਪਿੰਡ ਦਾ ਆਪਣਾ ਡਿਸਟ੍ਰਿਕਟ ਮਾਨਸੇ ਦਾ ਉੱਤਰਾਖੰਡ ਦੇ ਵਿੱਚ ਪੁਲਿਸ ਤੋਂ ਵੱਲੋਂ ਇਨਕਾਊਂਟਰ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹਨਾਂ ਨੂੰ ਅਸੀਂ 12 ਤਰੀਕ ਨੂੰ ਪ੍ਰੋਡਕਸ਼ਨ ਬਰਾਂਚ 'ਤੇ ਲੈ ਕੇ ਆਏ ਸੀਗੇ ਇੱਥੇ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਅਤੇ ਉਸ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਤੋਂ ਅਸੀਂ ਉਹਨਾਂ ਤੋਂ ਨਾਲ ਉਹਨਾਂ ਦੇ ਸਾਥੀ ਜਿਹੜੇ ਹੋਰ ਸੀਗੇ ਉਹਨਾਂ ਤੋਂ ਅਸੀਂ 5 ਪਿਸਟਲ 32 ਬੋਰ 1 ਪਿਸਟਲ 30 ਬੋਰ 2 ਕਾਰਾਂ ਜਿਹਦੇ ਵਿੱਚ ਇੱਕ ਵਰਨਾ ਗੱਡੀ ਅਤੇ ਇੱਕ XUV 500 ਮਹਿੰਦਰਾ ਬਰਾਮਦ ਕੀਤੀ ਹੈ। ਇੱਥੇ ਇਹ ਦੱਸਦੇ ਜਿਹੜੀ ਇਹ ਕਾਰ ਰਿਕਵਰ ਕੀਤੀ ਹੈ ਇਹ ਕਾਰ ਯੂਜ਼ ਹੋਈ ਸੀਗੀ ਜਦੋਂ ਉਹਦੇ 'ਤੇ ਕੁਲਵੀਰ ਨਰੂਆਣੇ 'ਤੇ ਫਾਇਰਿੰਗ ਹੋਈ ਸੀ ਉਹਦੇ ਵਿੱਚ ਯੂਜ਼ ਹੋਈ ਸੀਗੀ। ਵਰਨਾ ਗ੍ਰਿਫਤਾਰ ਕਿੰਨੇ ਟੋਟਲ ਅਸੀਂ ਹੁਣ 5 ਗ੍ਰਿਫਤਾਰ ਕੀਤੇ ਹੈਗੇ ਆ ਜਿਹੜੇ ਜਿਨ੍ਹਾਂ ਦੇ ਇਹਨਾਂ ਦੇ 3 ਤਾਂ ਮੇਨ ਹੀ ਇਹ ਹੋ ਗਏ ਅਤੇ 2 ਹੋਰ ਇਹਨਾਂ ਦੇ ਸਾਥੀ ਗ੍ਰਿਫਤਾਰ ਕੀਤੇ ਆ।